ਸਾਚੀ ਕਾਲਜੀ ਸਾਰਿਆਂ ਨੂੰ ਦੋਸਤੋ ਅੱਜ ਮੈਂ ਤੁਹਾਨੂੰ ਦੱਸਾਂਗਾ ਪੰਜਾਬ ਅੰਗਰਵਾੜੀ ਤੇ ਪੰਜਾਬ ਰੋਡਵੇ ਸ ਵਿੱਚ ਕੀ ਐਲੀਜੀਬਿਲਟੀ ਹੁੰਦੀ ਹੈ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਕਦੋਂ ਤੋਂ ਅਪਲਾਈ ਕਰਨਾ ਹੈ ਤੁਹਾਨੂੰ ਮੈਂ ਸਾਰਾ ਡਿਟੇਲ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਔਰ ਪੰਜਾਬ ਤੇ ਚੰਡੀਗੜ੍ਹ ਵਿੱਚ ਫ੍ਰੈਸ਼ਰ ਕੈਂਡੀਡੇਟਸ ਲਈ ਪਟਵਾਰੀ ਦੀ ਭਰਤੀ ਆ ਗਈ ਹੈ ਜਲਦੀ ਤੋਂ ਜਲਦੀ ਅਪਲਾਈ ਕਰ ਲਿਓ ਮੈਂ ਆਪਣੇ ਦੂਜੇ ਚੈਨਲ ਤੇ ਵੀਡੀਓ ਅਪਲੋਡ ਕਰਕੇ ਹੋਨੇ ਆਇਆ ਹਾਂ ਜਸਟ ਉਸ ਵੀਡੀਓ ਦਾ ਲਿੰਕ ਵੀ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੂਗਾ ਉਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜਾ ਕੇ ਤੁਸੀਂ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਦੋਨੋਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਮੈਂ ਹਮੇਸ਼ਾ ਹਰ ਇੱਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਦੇਣਾ ਤਾਂ ਚਲੋ ਹੁਣ ਗੱਲ ਕਰਦੇ ਆ ਰਿਕਰੂਟਮੈਂਟ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਂਗਣਵਾੜੀ ਲਈ ਪੰਜਾਬ 'ਚ ਕੀ ਐਲੀਜੀਬਿਲਿਟੀ ਹੁੰਦੀ ਹੈ ਕਦੋਂ ਤੁਸੀਂ ਅਪਲਾਈ ਕਰ ਸਕਦੇ ਹੋ ਦੋਸਤੋ ਕੰਡਕਟਿੰਗ ਬੋਡੀ ਦੀ ਗੱਲ ਕਰੀ ਤਾਂ ਜਿਹੜਾ ਤੁਹਾਡਾ ਐਗਜ਼ਾਮ ਕੰਡਕਟ ਕਰਾਈਗੀ ਉਹਦਾ ਨਾਮ ਹੈ ਮਿਨਿਸਟਰੀ ਆਫ ਊਮਨ ਐਂਡ ਚਾਈਲਡ ਡਿਵੈਲਪਮੈਂਟ WCD ਤੇ ਡਿਪਾਰਟਮੈਂਟ ਹੈਗਾ ਇੰ ਸਟੇਟ ਗਵਰਨਮੈਂਟ ਦੀ ਜੋਬ ਹੈ ਏਜ ਲਿਮਿਟ ਦੀ ਗੱਲ ਕਰੀ ਤਾਂ ਮਿਨੀਮਮ ਏਜ ਲਿਮਿਟ 18 ਇਅਰਸ ਹੋਣੀ ਚਾਹੀਦੀ ਹੈ ਤੇ ਮੈਕਸਿਮਮ ਏਜ ਲਿਮਿਟ 45 ਇਅਰਸ ਹੋਣੀ ਚਾਹੀਦੀ ਹੈ ਤੇ ਕੈਟਾਗਰੀ ਵਾਈਜ਼ ਤੁਹਾਨੂੰ ਏਜ ਵਿੱਚ ਰਿਲੈਕਸੇਸ਼ਨ ਦਿੱਤਾ ਜਾਊਗਾ ਐਜੂਕੇਸ਼ਨ ਕੁਆਲੀਫਿਕੇਸ਼ਨ ਜਿਹੜੇ ਵੀ ਕੈਂਡੀਡੇਟਸ ਨੇ 8th ਕਲਾਸ ਪਾਸ ਕਰ ਰੱਖੀ ਹੈ 10th ਕਲਾਸ ਪਾਸ ਕਰ ਰੱਖੀ ਹੈ ਤੇ 12th ਕਲਾਸ ਪਾਸ ਕਰ ਸਕੀ ਹੈ ਔਰ ਇਸ ਤੋਂ ਇਲਾਵਾ ਜਿਹੜੇ ਵੀ ਗ੍ਰੈਜੂਏਟ ਕੈਂਡੀਡੇਟਸ ਹੈ ਉਹ ਸਾਰੇ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ ਠੀਕ ਹੈ ਬॉयਜ਼ ਐਂਡ ਗਰਲਸ ਬੋਥ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ ਹੁਣ ਗੱਲ ਕਰਦੇ ਦੋਸਤੋ ਪੋਸਟਾਂ ਦੀ ਤੇ ਪੋਸਟਾਂ ਦੀ ਗੱਲ ਕਰੀ ਤਾਂ ਆਂਗਣਵਾੜੀ ਸੁਪਰਵਾਈਜ਼ਰ ਦੀ ਪੋਸਟ ਆਂਗਣਵਾੜੀ ਅਸਿਸਟੈਂਟ ਦੀ ਪੋਸਟ ਆਂਗਣਵਾੜੀ ਵਰਕਰ ਦੀ ਪੋਸਟ ਤੇ ਆਂਗਣਵਾੜੀ ਹੈਲਪਰ ਦੀ ਪੋਸਟ ਹੈ ਸੁਪਰਵਾਈਜ਼ਰ ਦੀ ਅਸਿਸਟੈਂਟ ਦੀ ਵਰਕਰ ਦੀ ਤੇ ਹੈਲਪਰ ਦੀ ਪੋਸਟ ਟੋਟਲ ਵੈਕੈਂਸੀ ਦੀ ਗੱਲ ਕਰੀ ਤਾਂ ਬਹੁਤ ਸਾਰੀ ਵੈਕੈਂਸੀਆਂ ਨੇ ਤੇ ਲੋਕੇਸ਼ਨ ਤੁਹਾਡੀ ਪੰਜਾਬ ਵਿੱਚ ਰਹੇਗੀ ਬਟ 올ਓਵਰ ਇੰਡੀਆ ਸੇ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ ਅਪਲਾਈ ਤੁਸੀਂ ਤੁਸੀਂ ਆਫਲਾਈਨ ਵੀ ਕਰ ਸਕਦੇ ਹੋ ਔਨਲਾਈਨ ਵੀ ਕਰ ਸਕਦੇ ਹੋ ਜਦੋਂ ਆਫੀਸ਼ੀਅਲ ਨੋਟੀਫਿਕੇਸ਼ਨ ਆਏਗਾ ਉਦੋਂ ਤੁਸੀਂ ਤੁਹਾਨੂੰ ਪਤਾ ਲੱਗ ਜਾਊਗਾ ਇਸ ਤੋਂ ਇਲਾਵਾ ਸਿਲੈਕਸ਼ਨ ਪ੍ਰੋਸੀਜਰ ਦੀ ਗੱਲ ਕਰੀ ਤਾਂ ਰਿਟਨ ਐਗਜ਼ਾਮੀਨੇਸ਼ਨ ਹੋਏਗਾ ਉਸ ਤੋਂ ਬਾਅਦ ਤੁਹਾਡਾ ਪਰਸਨਲ ਇੰਟਰਵਿਊ ਹੋਗਾ ਦੈਨ ਡਾਕੂਮੈਂਟ ਵੈਰੀਫਿਕੇਸ਼ਨ ਹੋਗਾ ਹੁਣ ਗੱਲ ਕਰਦੇ ਆ ਦੋਸਤੋ ਪੰਜਾਬ ਰੋਡਵੇਜ਼ ਦੀ ਪੋਸਟ ਕੀ ਐਲੀਜੀਬਿਲਿਟੀ ਕੀ ਆ ਅਪਲਾਈ ਕਿੱਦਾ ਕਰਨਾ ਤੇ ਏਜ ਲਿਮਿਟ ਕੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰੀਏ ਟੋਟਲ ਪੋਸਟ ਦੀ ਗੱਲ ਕਰੀ ਤਾਂ 1750 1750 ਪੋਸਟ ਨੇ ਤੁਸੀਂ ਆਫਲਾਈਨ ਅਪਲਾਈ ਆਫਲਾਈਨ ਸੌਰੀ ਆਨਲਾਈਨ ਅਪਲਾਈ ਕਰਨਾ ਹੈ ਪੰਜਾਬ ਰੋਡ ਵੇਜ਼ ਦੀ ਵੈਬਸਾਈਟ ਤੇ ਜਾ ਕੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੂਗਾ ਹੁਣ ਗੱਲ ਕਰਦੇ ਆਏਜ ਲਿਮਿਟ ਦੀ ਜਿਹੜੇ ਵੀ ਕੈਂਡੀਡੇਟਸ ਦੀ ਮਿਨੀਮਮ ਏਜ 21 ইয়ার্স ਹੈ ਉਹ ਸਾਰੇ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ ਤੇ ਮੈਕਸਿਮਮ ਏਜ 35 ইয়ার্স ਹੈ ਇਟ मींस 21 ਇਅਰਸ ਤੋਂ ਲੈ ਕੇ 35 ਇਅਰਸ ਤੱਕ ਜਿਨੇ ਵੀ ਕੈਂਡੀਡੇਟਸ ਦੀ ਏਜ ਹੈ ਉਹ ਸਾਰੇ ਕੈਂਡੀਡੇਟਸ ਅਪਲਾਈ ਕਰ ਦੇ ਕਰ ਸਕਦੇ ਨੇ ਤੇ ਹਰ ਕੈਟਾਗਰੀ ਵਾਸਤੋਂ ਨੂੰ ਏਜ ਇਸ ਰਿਲੈਕਸੇਸ਼ਨ ਦਿੱਤਾ ਜਾਊਗਾ ਲਾਈਕ ਐਸਸੀ ਕੈਟਾਗਰੀ ਐਸਟੀ ਓਬੀਸੀ ਪੀਡਬਲਿਊਡੀ ਫਿਜ਼ੀਕਲ ਹੈਂਡੀਕੈਪਡ ਕੈਟਾਗਰੀ ਨੂੰ ਏਜ ਇਸ ਰਿਲੈਕਸੇਸ਼ਨ ਦਿੱਤਾ ਜਾਏਗਾ ਐਸ ਪਰ ਗਵਰਨਮੈਂਟ ਰੂਲ ਮੈਂ ਆਲਰੇਡੀ ਦੱਸ ਚੁੱਕਿਆ ਕਿ ਤੁਸੀਂ ਔਨਲਾਈਨ ਅਪਲਾਈ ਕਰਨਾ ਜਿਨੇ ਵੀ ਐਲੀਜੀਬਲ ਕੈਂਡੀਡੇਟਸ ਹੈ ਉਹ ਸਾਰੇ ਇਹਨਾਂ ਦੀ ਆਫੀਸ਼ਲ ਵੈਬਸਾਈਟ ਤੇ ਜਾ ਕੇ ਔਨਲਾਈਨ ਅਪਲਾਈ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾ ਦੋਸਤੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਇਹ ਦੋਨੋਂ ডিপਾਰਟਮੈਂਟ ਦੇ ਆਫੀਸ਼ਲ ਨੋਟੀਫਿਕੇਸ਼ਨ ਹੋਣੇ ਆਣ ਆ ਲੈ ਲੈ ਤੇ ਇੰਪੋਰਟੈਂਟ ਡੇਟਸ ਮੈਂ ਤੁਹਾਨੂੰ ਉਸੇ ਟਾਈਮ ਦੱਸਾਂਗਾ ਮੇਰੇ ਦੋਨੋਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਦਾ ਲਿੰਕ ਵੀ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੂਗਾ ਜਲਦੀ ਮਿਲਾਂਗੇ ਦੋਸਤੋ ਨਿਊ ਵਰਤੀ ਲਈ ਨਿਊ ਨੋਟੀਫਿਕੇਸ਼ਨ ਨਾਲ ధన్యਵਾਦ ਦੋਸਤੋ